ਬਲਕੌਰ ਸਿੰਘ ਸਿੱਧੂ ਦੇ ਘਰ ਆਈਆਂ ਖੁਸ਼ੀਆਂ ਤੇ ਉਹਨਾਂ ਦੇ ਪਰਿਵਾਰ ਦੇ ਨਾਲ-ਨਾਲ ਸਿੱਧੂ ਮੂਸੇਵਾਲਾ ਦੇ ਚੌਣ ਵਾਲੇ ਤੇ ਪੰਜਾਬੀ ਕਲਾਕਾਰਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਗੁੱਡ న్యూਸ ਹੀ ਐਸੀ ਆਈਏ ਸੋਸ਼ਲ ਮੀਡੀਆ ਉਤੇ ਤੇ ਇਸ ਗੁੱਡ న్యూਸ ਨੇ ਸਭ ਦਾ ਸੰਡੇ ਬਣਾ ਕੇ ਰੱਖ ਦਿੱਤਾ ਜੀ ਹਾਂ ਵਰ੍ਹੂਮ ਗਿਆ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ਉਤੇ ਇੱਕ ਗੁੱਡ ਨਿਊਜ਼ ਸ਼ੇਅਰ ਕੀਤੀ ਹੈ ਤੇ ਇਸ ਖਬਰ ਦਾ ਸਭ ਨੂੰ ਬੇਸਬਰੇ ਦੇ ਨਾਲ ਇੰਤਜ਼ਾਰ ਸੀ ਤੇ ਖਬਰ ਸੱਚ ਹੈ ਬਲਕੌਰ ਸਿੰਘ ਸਿੱਧੂ ਤੇ ਚਰਨਕੌਰ ਦੇ ਘਰ ਬੇਟੇ ਨੇ ਜਨਮ ਲਿਆ ਇਸ ਖੁਸ਼ਖਬਰੀ ਦੀ ਇੱਕ ਤਸਵੀਰ ਬਲਕੌਰ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ਉਤੇ ਸ਼ੇਅਰ ਕੀਤੀ ਤੇ ਬੇਟੇ ਦਾ ਚਿਹਰਾ ਵੀ ਰਿਵੀਲ ਕੀਤਾ ਤੇ ਸਭ ਤੋਂ ਖਾਸ ਗੱਲ ਇਹ ਸੀ ਕੀਬਲ ਕੌਰ ਸਿੰਘ ਸਿੱਧੂ ਨੇ ਨਵ ਜਨਮੇ ਬੱਚੇ ਨੂੰ ਆਪਣੀ ਗੋਦ ਚ ਲਿਆ ਤੇ ਬੈਕਗ੍ਰਾਉਂਡ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਤਸਵੀਰ ਵੀ ਲਗਾਈ ਗਈ ਹੈ ਜਿੱਥੇ ਲਿਖਿਆ ਹੈ ਲੈਜੈਂਡਸ ਨੈਵਰ ਡਾਈ ਤੇ ਬਹੁਤ ਸਾਰੇ ਲੋਕ ਦੁਆ ਕਰਦੇ ਸੀ ਕੀ ਬਲਕੌਰ ਸਿੰਘ ਸਿੱਧੂ ਦੇ ਘਰ ਬੇਟੇ ਦਾ ਜਨਮ ਹੋਵੇ ਤੇ ਉਹਨਾਂ ਦੀਆਂ ਖੁਸ਼ੀਆਂ ਵਾਪਸ ਆਣ ਤੇ ਕੁਝ ਲੋਕਾਂ ਦੀ ਇਹ ਵੀ ਖੁਆਇ ਸੀ ਕਿ ਸਿੱਧੂ ਨਵੇਂ ਜਨਮ ਦੇ ਵਿੱਚ ਵਾਪਸ ਆਵੇ ਤੇ ਸੋਸ਼ਲ ਮੀਡੀਆ ਉਤੇ ਲੋਕ ਕਮੈਂਟਸ ਦੇ ਜ਼ਰੀਏ ਤੇ ਪੋਸਟ ਦੇ ਜ਼ਰੀਏ ਇਹ ਹੀ ਲਿਖ ਰਹੇ ਨੇ ਕਿ ਲੈਜੈਂਡ ਵਾਪਸ ਆ ਗਿਆ ਬਲਕੌਰ ਸਿੰਘ ਸਿੱਧੂ ਉਹਨਾਂ ਨੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ ਜਿੱਥੇ ਕਿ ਹਸਪਤਾਲ ਦੇ ਵਿੱਚ ਜਦ ਬੱਚੇ ਦਾ ਜਨਮ ਹੋਇਆ ਤਦ ਕੀ ਮਾਹੌਲ ਸੀ ਕਿਸੇ ਵੀ ਖੁਸ਼ੀ ਦਾ ਵੀ ਕੋਈ ਟਿਕਾਣਾ ਨਹੀਂ ਸੀ ਡਾਕਟਰ ਸੁਲੈਕੇ ਨਰਸਿਸ ਸੁਲੈਕੇ ਬਲਕੌਰ ਸਿੰਘ ਸਿੱਧੂ ਤੇ ਚਰਨਕੌਰ ਹਰ ਕੋਈ ਇਮੋਸ਼ਨਲ ਸੀ ਤੇ ਜਦ ਉਹਨਾਂ ਨੇ ਇੱਕ ਖੁਸ਼ਖਬਰੀ ਸਭ ਦੇ ਨਾਲ ਸ਼ੇਅਰ ਕੀਤੀ ਤੇ ਹਰ ਕੋਈ ਖੁਸ਼ ਹੋਇਆ ਤੇ ਹਰ ਕੋਈ ਇਮੋਸ਼ਨਲ ਹੋਇਆ ਪੰਜਾਬੀ ਕਲਾਕਾਰ ਵੀ ਬਲਕੌਰ ਸਿੰਘ ਸਿੱਧੂ ਨੂੰ ਵਧਾਈਆਂ ਦੇ ਰਹੇ ਨੇ ਰਿਸ਼ਮ ਸਿੰਘ ਅਨਮੋਲ ਆਰ ਨੇ ਤੇ ਬਹੁਤ ਸਾਰੇ ਕਲਾਕਾਰਾਂ ਨੇ ਸੋਸ਼ਲ ਮੀਡੀਆ ਉਤੇ ਵਧਾਈਆਂ ਦੀਆਂ ਪੋਸਟਾਂ ਸ਼ੇਅਰ ਕੀਤੀਆਂ ਨੇ ਨਵਜੰਮੇ ਬੱਚੇ ਦੀ ਤਸਵੀਰ ਸ਼ੇਅਰ ਕਰ ਬਲਕੌਰ ਸਿੰਘ ਸਿੱਧੂ ਨੇ ਲਿਖਿਆ ਸ਼ੁਭ ਦੀਪ ਨੂੰ ਚਾਉਣ ਵਾਲਿਆਂ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਸਾਡੀ ਚੋਲੀ ਵਿੱਚ ਸ਼ੁਭ ਦਾ ਛੋਟਾ ਵੀਰ ਪਾਇਆ ਹੈ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਸਦਕਾ ਪਰਿਵਾਰ ਤੰਦਰੁਸਤ ਹੈ ਅਤੇ ਸਾਰੇ ਸ਼ੁਭਚਿੰਤਕਾਂ ਦੇ ਅਥਾ ਪਿਆਲੇ ਸ਼ੁਕਰਗੁਜ਼ਾਰ ਆ ਇਸ ਖਬਰ ਨੇ ਹਰ ਕਿਸੇ ਦੇ ਚਿਹਰੇ ਉੱਤੇ ਖੁਸ਼ੀ ਦਿੱਤੀ ਜੋ ਜੋ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਦੇ ਸੀ ਤੇ ਸਿੱਧੂ ਮੂਸੇਵਾਲਾ ਦੇ ਇਸ ਦੁਨੀਆ ਤੋਂ ਜਾਣ ਬਾਅਦ ਕੋਈ ਐਸਾ ਦਿਨ ਨਹੀਂ ਸੀ ਜਦ ਉਸਦੇ ਪਰਿਵਾਰ ਨੇ ਤੇ ਚਾਉਣ ਵਾਲਿਆਂ ਨੇ ਉਸ ਨੂੰ ਮਿਸ ਨਾ ਕੀਤਾ ਹੋਵੇ ਹਾਲਾਂਕਿ ਸਿੱਧੂ ਮੂਸੇਵਾਲਾ ਦੀ ਕਮੀ ਪੂਰੀ ਨਹੀਂ ਹੋ ਸਕਦੀ ਪਰ ਪਰਿਵਾਰ ਦਾ ਇਸ ਖੋਸ਼ੀ ਦੇ ਨਾਲ ਦਰਦ ਘਟ ਹੋ ਜਾਏਗਾ ਤੇ ਪੰਜਾਬੀ ਸਿਨੇਮਾ ਦੀਆਂ ਹੋਰ ਤਾਜ਼ਾ ਅਪਡੇਟਸ ਦੇ ਲਈ ਜੁੜੇ ਰਹੋ ਸਾਡੀ ਵੈਬਸਾਈਟ www.punjabimania.com ਨਾਲੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਸਬਸਕ੍ਰਾਈਬ ਬਟਨ ਪਾਬ ਰੱਖਾ